ਪਿਛਲੇ ਦਿਨੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਬੁਲਾਏ ਗਏ ਵਿਧਾਨ ਸਭਾ ਦੇ ਖਾਸ ਸੈਸ਼ਨ ਤੇ ਰਾਜਪਾਲ ਤੇ ਮੁੱਖ ਮੰਤਰੀ ਦਾ ਪੇਚਾ ਫੇਰ ਫਸਤਾ ਦਿਸਦਾ ਹੈ ਕਿਉਂਕਿ ਰਾਜਪਾਲ ਨੇ ਸਿੱਧੇ ਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਉਸ ਸੈਸ਼ਨ ਨੂੰ ਗੈਰ ਸੰਵਿਧਾਨਿਕ ਕਰਾਰ ਦੇ ਦਿੱਤਾ ਹੈ ਹੁਣ ਸੀਐਮ ਦਾ ਕੀ ਜਵਾਬ ਆਊਗਾ ਇਹ ਦੇਖਣਾ ਵੀ ਅਹਿਮ ਰਹੇਗਾ ਸਤਸ੍ਰੀਆ ਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰਸ਼ਰਨ ਕੌਰ ਪੰਜਾਬ ਸਰਕਾਰ ਦੇ 19 ਤੇ 20 ਜੂਨ ਨੂੰ ਬੁਲਾਏ ਗਏ ਸੈਸ਼ਨ ਕਾਨੂੰਨੀ ਸੰਨ ਜਾਂ ਫਿਰ ਗੈਰ ਕਾਨੂੰਨੀ ਇਸ ਤੇ ਰਾਜਪਾਲ ਨੇ ਆਪਣਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਤੀ ਰੂਪ ਚ ਭੇਜ ਦਿੱਤਾ ਹੈ ਗਵਰਨਰ ਬਨਵਰੀ لال ਪ੍ਰੋਹਿਤ ਵੱਲੋਂ ਮੁੱਖ ਮੰਤਰੀ ਮਾਨ ਨੂੰ ਭੇਜੀ ਗਈ ਚਿੱਠੀ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਸੁਣਿਆ ਸੀ ਕਿ ਤੁਸੀਂ ਮੀਡੀਆ ਚ ਕਿਹਾ ਕਿ ਰਾਜਪਾਲ ਨੇ ਸੈਸ਼ਨ ਨੂੰ ਲੈ ਕੇ ਕੋਈ ਵੀ ਕਾਨੂੰਨੀ ਸਲਾਹ ਨਹੀਂ ਲਈ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਦੇਸ਼ ਦੇ ਵੱਡੇ ਸੰਵਧਾਨਿਕ ਮਾਹਿਰ ਤੋਂ رائے ਲਈ ਹੈ ਉਹਨਾਂ ਨੇ 19 ਤੇ 20 ਜੂਨ ਨੂੰ ਸੱਦੇ ਗਏ ਤੁਹਾਡੇ ਸੈਸ਼ਨ ਨੂੰ ਗੈਰ ਕਾਨੂੰਨੀ ਦੱਸਿਆ ਹੈ ਹੁਣ ਇਸ ਤੋਂ ਇਲਾਵਾ ਮੈਂ ਤੁਹਾਡੇ ਸਵਾਲ ਤੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਇਸ ਤੋਂ ਇਲਾਵਾ ਰਾਜਪਾਲ ਨੇ ਆਪਣੀ ਚਿੱਠੀ ਦੇ ਵਿੱਚ ਕਾਨੂੰਨੀ ਮਾਹਿਰ ਦੀ ਸਲਾਹ ਵੀ ਭੇਜੀ ਹੈ ਜਿਸ ਦੇ ਵਿੱਚ ਦੱਸਿਆ ਕਿ ਕਿਉਂ ਇਹ ਸੈਸ਼ਨ ਗੈਰ ਸੰਵਿਧਾਨਕ ਸੀ ਗੈਰ ਕਾਨੂੰਨੀ ਸੀ ਇਸ ਤੋਂ ਇਲਾਵਾ ਰਾਜਪਾਲ ਨੇ ਆਪਣੀਆਂ ਚਿੱਠੀਆਂ ਨੂੰ ਲਵ ਲੈਟਰ ਦੱਸਨ ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ ਤਿੱਖੇ ਜਵਾਬ ਭੇਜੇ ਨੇ ਰਾਜਪਾਲ ਨੇ ਸੰਵਿਧਾਨਕ ਮਾਹਿਰ ਦੇ ਵੱਲੋਂ ਮਿਲੀ رائے ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਪੀਕਰ ਦੇ ਕੋਲ ਅਧਿਕਾਰ ਹੈ ਕਿ ਸੈਸ਼ਨ ਨੂੰ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕੀਤਾ ਜਾਵੇ ਸਪੀਕਰ ਕਰ ਸਕਦਾ ਹੈ ਉਸ ਤੇ ਕੋਲ ਤਾਕਤ ਹੈ ਦੂਸਰੇ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਤਾਂ ਸਦਨ ਦੀ ਮੂੜ ਬੈਠਕ ਦੇ ਲਈ ਇੱਕ ਦਿਨ ਦਾ ਨਾਮ ਲਏ ਬਿਨਾ ਸੈਸ਼ਨ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ ਪਰ ਰਾਜਪਾਲ ਨੇ ਸਵਾਲ ਪੁੱਛਿਆ ਕਿ ਜਿਸ ਮਕਸਦ ਦੇ ਨਾਲ ਸੈਸ਼ਨ ਬੁਲਾਇਆ ਗਿਆ ਉਹਦੇ ਵਿੱਚ ਜੇ ਕੰਮ ਨਹੀਂ ਕੋਈ ਬਚਿਆ ਕੋਈ ਕੰਮ ਪੈਂਡਿੰਗ ਨਹੀਂ ਰਿਹਾ ਤਾਂ ਉਸ ਨੂੰ ਆਰਟੀਫੀਸ਼ੀਅਲ ਜੀਵਿਤ ਕਿਵੇਂ ਰੱਖਿਆ ਜਾ ਸਕਦਾ ਹੈ ਜਦੋਂ ਸੈਸ਼ਨ ਦੇ ਵਿੱਚ ਬੁલાਏ ਮੁੱਦੇ ਖਤਮ ਹੋ ਜਾਣ ਤਾਂ ਸੈਸ਼ਨ ਵੀ ਖਤਮ ਸਮਝਿਆ ਜਾਂਦਾ ਹੈ ਜੇ ਸੈਸ਼ਨ ਦੌਰਾਨ ਕੁਝ ਚੀਜ਼ਾਂ ਅਧੂਰੀਆਂ ਰਹਿ ਜਾਣ ਤਾਂ ਸੈਸ਼ਨ ਸਸਪੈਂਡ ਕੀਤਾ ਜਾਂਦਾ ਹੈ ਪਰ ਬਜਟ اجلاس ਦੌਰਾਨ ਤਾਂ ਜਿਹਾ ਕੁਝ ਵੀ ਨਹੀਂ ਰਿਹਾ ਸੀ ਜਿਹੜਾ ਤੁਸੀਂ ਸੈਸ਼ਨ ਨੂੰ ਮੁਲਤਵੀ ਕਰ ਦਿੱਤਾ ਰਾਜਪਾਲ ਨੇ ਕਿਹਾ ਕਿ 14 ਜੂਨ 2023 ਨੂੰ ਵਿਧਾਨ ਸਭਾ ਦੇ ਸਕੱਤਰ ਨੇ ਆਪਣੀ ਚਿੱਠੀ ਚ ਦੱਸਿਆ ਸੀ ਕਿ ਵਿਧਾਨ ਸਭਾ ਦੇ ਸਪੈਸ਼ਲ ਸਪੈਸ਼ਲ ਸੈਸ਼ਨ ਦਾ ਬਜਟ ਸੈਸ਼ਨ ਦੇ ਨਾਲ ਕੋਈ ਸੰਬੰਧ ਹੀ ਨਹੀਂ ਸੀ ਜਦਕਿ ਇਸ ਤੋਂ ਪਿਛਲਾ ਸੈਸ਼ਨ ਬਜਟ ਸੈਸ਼ਨ ਸੀ ਤੇ ਜੇ ਸਕੱਤਰ ਕਹਿੰਦੇ ਇਸ ਗੱਲ ਦੀ ਤਸਦੀਕ ਕਰ ਰਿਹਾ ਹੈ ਕਿ ਬਜਟ ਨਾਲ ਸੰਬੰਧਿਤ ਕਿਸੇ ਮੁੱਦੇ ਦੇ ਲਈ ਸੈਸ਼ਨ ਨਹੀਂ ਲਾਇਆ ਗਿਆ ਤਾਂ ਫਿਰ ਕਿਵੇਂ ਪਿਛਲੇ ਸੈਸ਼ਨ ਨੂੰ ਅੱਗੇ ਜਾਰੀ ਰੱਖਿਆ ਜਾ ਸਕਦਾ ਹੈ ਇਸ ਲਈ ਸੈਸ਼ਨ ਨੂੰ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰਨ ਦਾ ਕਹਿੰਦੇ ਕੋਈ ਸਵਾਲ ਨਹੀਂ ਰਹਿ ਜਾਂਦਾ ਜਦੋਂ ਬਜਟ ਸੈਸ਼ਨ ਦੌਰਾਨ ਸਾਰੇ ਮੁੱਦਿਆਂ ਨੂੰ ਨਿਪਟਾ ਲਿਆ ਗਿਆ ਸੀ ਰਾਜਪਾਲ ਨੇ ਕਿਹਾ ਕਿ ਸਪੈਸ਼ਲ ਸੈਸ਼ਨ ਦੇ ਵਿੱਚ ਜਿਹੜੇ ਚਾਰ ਬਿਲ ਤੁਸੀਂ ਪਾਸ ਕੀਤੇ ਨੇ ਉਹਨਾਂ ਦਾ ਬਜਟ ਦੇ ਨਾਲ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਸੀ ਇਸ ਲਈ ਕਿਵੇਂ ਬਜਟ ਸੈਸ਼ਨ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਰਾਜਪਾਲ ਨੇ ਇਹ ਵੀ ਕਿਹਾ ਕਿ ਜਿਹੜੇ ਚਾਰ ਬਿਲ ਸਪੈਸ਼ਲ ਸੈਸ਼ਨ ਦੇ ਵਿੱਚ ਪੇਸ਼ ਕੀਤੇ ਗਏ ਨੇ ਉਹ ਮੌਨਸੂਨ ਸੈਸ਼ਨ ਇੰਤਜ਼ਾਰ ਵੀ ਕਰ ਸਕਦੇ ਸੀ ਸਹੀ ਤਰੀਕੇ ਨਾਲ ਬਿੱਲ ਨੂੰ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸ ਤੇ ਡਿਬੇਟ ਹੁੰਦੀ ਤੇ ਪਾਸ ਕਰਕੇ ਭੇਜੇ ਜਾਂਦੇ ਯਾਨੀ ਕਿ ਜਿਹੜਾ ਰਾਜਪਾਲ ਨੇ ਇਹ ਆਪਣਾ ਫੈਸਲਾ ਸੁਣਾਇਆ ਹੈ ਕਿ ਵਿਧਾਨ ਸਭਾ ਦਾ ਤੁਹਾਡਾ ਖਾਸ ਸੈਸ਼ਨ ਗੈਰ ਕਾਨੂੰਨੀ ਸੀ ਤਾਂ ਇਸ ਤੋਂ ਬਾਅਦ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਰਾਜਪਾਲ ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਗਏ ਚਾਰੇ ਬਿੱਲਾਂ ਦੇ ਵਿੱਚੋਂ ਕਿਸੇ ਨੂੰ ਵੀ ਮਨਜ਼ੂਰੀ ਨਹੀਂ ਦੇਣਗੇ ਇਹਨਾਂ ਦੇ ਵਿੱਚ ਇੱਕ ਬਿੱਲ ਹੈ ਜਿਹੜਾ ਉਹ ਗੁਰਬਾਣੀ ਸੋਧ ਬਿੱਲ ਮਾਫ ਕਰਨਾ ਗੁਰਦੁਆਰਾ ਐਕਟ ਸੋਧ ਬਿੱਲ 2023 ਵੀ ਹੈ ਜਿਸ ਨੂੰ ਪਰਵਾਨ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਵਾਰੀ-ਵਾਰੀ ਰਾਜਪਾਲ ਨੂੰ ਕਹਿ ਚੁੱਕੇ ਨੇ ਪਿਛਲੇ ਦਿਨੀ ਚਿੱਠੀ ਵੀ ਲਿਖੀ ਹੈ ਅਤੇ ਸਮੇਂ-ਸਮੇਂ ਤੇ ਉਹ ਬੋਲਦੇ ਵੀ ਰਹਿੰਦੇ ਨੇ ਦੋਕ ਦਿਨ ਪਹਿਲਾਂ ਵੀ ਉਹਨਾਂ ਨੇ ਆਪਣੇ ਇੱਕ ਤਕਰੀਰ ਦੇ ਦੌਰਾਨ ਇਸੀ ਗੱਲ ਕੀਤੀ ਸੀ ਕਿ ਜੇ ਰਾਜਪਾਲ ਉਸ ਬਿੱਲ ਦੇ ਉੱਤੇ ਦਸਤਖਤ ਕਰ ਦੇਣ ਹਸਤਾਖਰ ਕਰ ਦੇਣ ਤਾਂ ਐਸਜੀਪੀਸੀ ਨੂੰ ਜਿਹੜਾ ਹੈਗਾ ਉਹ ਹਰੇਕ ਚੈਨਲ ਨੂੰ ਗੁਰਬਾਣੀ 에ਅਰ ਕਰਨ ਦਾ ਮੁਫਤ ਅਧਿਕਾਰ ਦੇਣਾ ਹੀ ਹੋਵੇਗਾ ਇਹ ਬੜੀ 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 ਮੰਧਪਗੀ ਕਿ ਪੰਜਾਬ ਦੇ ਗਵਰਨਰ ਨੂੰ ਇਹ ਨਹੀਂ ਪਤਾ ਕਿ ਸੈਸ਼ਨ ਜਿਹੜਾ ਉਹ ਲੀਗਲ ਸੀ ਜਾਂ ਇਲੀਗਲ ਸੀ ਇਸ ਤੋਂ ਪਹਿਲਾਂ ਕੈਪਟਨ ਰਮਿੰਦਰ ਵਾਰੀ ਦੋ ਵਾਰੀ ਇਦਾਂ ਹੋਇਆ ਸੀ ਕਿ ਪ੍ਰੋਰੋਗ ਨਹੀਂ ਹੋਇਆ ਸੀ ਸੈਸ਼ਨ ਤੇ ਦੁਬਾਰਾ ਬੁਲਾ ਲਿਆ ਗਿਆ ਸੀ ਗਵਰਨਰ ਦੀ ਪਰਮਿਸ਼ਨ ਤੋਂ ਬਿਨਾ ਇਹ ਸੈਸ਼ਨ ਜਿਹੜਾ ਅਸੀਂ ਵੀ ਆਪਣੇ ਸੁਧਾਨ ਦੇ ਮਾਹਰਾਂ ਤੋਂ ਗੱਲ ਕਰਕੇ ਕੀਤਾ ਕੱਚੀਆਂ ਗੋਲੀਆਂ ਨਹੀਂ ਖੇਡਦੇ ਮੈਂ ਬਿਲਕੁਲ ਅਸੀਂ ਨਹੀਂ ਜਵਾਬ ਕਿ ਉਹਨਾਂ ਨੇ ਉਹਨਾਂ ਨੇ ਲੇਟ ਉਹਨਾਂ ਨੇ ਡਿਲੇ ਕਰਨਾ ਤੇ ਇੱਕ ਹੋਰ ਗੱਲ ਜਿਹੜੀ ਖਾਸ ਗੱਲ ਰਾਜਪਾਲ ਨੇ ਇਸ ਲੈਟਰ ਦੇ ਵਿੱਚ ਲਿਖੀ ਹੈ ਇਸ ਚਿੱਠੀ ਦੇ ਵਿੱਚ ਲਿਖੀ ਹੈ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਜਿਹੜੇ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਚਿੱਠੀਆਂ ਲਿਖੀਆਂ ਨੇ ਤੁਸੀਂ ਉਹਨਾਂ ਨੂੰ ਲਵ ਲੈਟਰ ਦੱਸਦੇ ਸੀ ਪਰ ਸੰਵਿਧਾਨ ਦੇ ਮੁਤਾਬਿਕ ਇੱਕ ਮੁੱਖ ਮੰਤਰੀ ਨੂੰ ਰਾਜਪਾਲ ਦੇ ਸਵਾਲਾਂ ਦਾ ਜਵਾਬ ਦੇਣਾ ਹੁੰਦਾ ਹੈ ਤੁਹਾਨੂੰ ਦੇਣਾ ਹੀ ਪਵੇਗਾ ਤੁਸੀਂ ਇਸ ਤੋਂ ਭੱਜ ਨਹੀਂ ਸਕਦੇ ਜੇ ਅਜਿਹਾ ਕੀਤਾ ਤਾਂ ਇਸ ਨੂੰ ਸੰਵਿਧਾਨ ਦੀ ਧਾਰਾ 167 ਦੀ ਅਣਦੇਖੀ ਮੰਨਿਆ ਜਾਵੇਗਾ ਤੁਸੀਂ ਵਿਧਾਨ ਸਭਾ ਦੇ ਵਿੱਚ ਬਹਿਸ ਦੌਰਾਨ ਜਿਹੜੀ ਰਾਜਪਾਲ ਦੇ ਖਿਲਾਫ ਭਾਸ਼ਾ ਦੀ ਵਰਤੋਂ ਕੀਤੀ ਹੈ ਉਹ ਲੋਕਾਂ ਵੱਲੋਂ ਪਸੰਦ ਨਹੀਂ ਕੀਤੀ ਗਈ ਤੇ ਇੱਕ ਮੁੱਖ ਮੰਤਰੀ ਨੂੰ ਉਹ ਸ਼ੋਭਾ ਵੀ ਨਹੀਂ ਦਿੰਦੀ। ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਆਪਣੀ ਤਾਕਤ ਵੀ ਮੁੱਖ ਮੰਤਰੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਆਪਣਾ ਜਿਹੜਾ ਸਟੇਟਸ ਹੈ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਚਿੱਠੀ ਦੇ ਵਿੱਚ ਕਹਿੰਦੇ ਮੈਨੂੰ ਦੇਸ਼ ਦੇ ਰਾਸ਼ਟਰਪਤੀ ਨੇ ਨਿਯੁਕਤ ਕੀਤਾ ਹੈ। ਮੇਰੀ ਇਹ ਡਿਊਟੀ ਹੈ ਕਿ ਮੈਂ ਸੰਵਿਧਾਨ ਦੇ ਮੁਤਾਬਿਕ ਨਿਰਪੱਖ ਸ਼ਾਸਨ ਲੋਕਾਂ ਨੂੰ ਦੇਵਾਂ। ਇਸ ਗੱਲ ਨੂੰ ਯਕੀਨੀ ਬਣਾਵਾਂ ਕਿ ਸੂਬੇ ਦਾ ਸ਼ਾਸਨ ਭ੍ਰਿਸ਼ਟਾਚਾਰ ਫਰੀ ਹੋਵੇ ਮੈਨੂੰ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਨੇ ਮੈਨੂੰ ਛੇਤੀ ਤੋਂ ਛੇਤੀ ਮੇਰੇ ਪੁਰਾਣੇ ਪੱਤਰ ਦਾ ਜਵਾਬ ਦਿੱਤਾ ਜਾਵੇ ਨਹੀਂ ਤਾਂ ਇਸ ਨੂੰ ਸੰਵਿਧਾਨ ਦੀ ਉਲੰਘਣਾ ਮੰਨਿਆ ਜਾਵੇਗਾ ਸੋ ਇਹ ਖਾਸ ਖਬਰ ਪੜੇ ਜਾਣ ਤੱਕ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਕੋਈ ਰਿਪਲਾਈ ਨਹੀਂ ਭੇਜਿਆ ਸੀ ਕੋਈ ਉਹਨਾਂ ਨੇ ਜਵਾਬ ਨਹੀਂ ਭੇਜਿਆ ਕਿਉਂਕਿ ਆਮ ਤੌਰ ਤੇ ਇਹ ਹੁੰਦਾ ਹੈ ਜਦੋਂ ਰਾਜਪਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਝ ਕਹਿੰਦੇ ਨੇ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਕੁਝ ਭੇਜਦੇ ਨੇ ਤਾਂ ਦੋਵੇਂ ਸ਼ਖਸੀਅਤਾਂ ਇੱਕ ਦੂਸਰੇ ਦਾ ਜਨਤਕ ਜਵਾਬ ਦਿੰਦੀਆਂ ਨੇ ਸੀਐਮ ਜ਼ਿਆਦਾਤਰ ਟਵੀਟ ਕਰਦੇ ਹੁੰਦੇ ਨੇ ਤੇ ਰਾਜਪਾਲ ਜ਼ਿਆਦਾਤਰ ਪ੍ਰੈਸ ਕਾਨਫਰੰਸ ਕਰਦੇ ਨੇ ਜਾਂ ਫਿਰ ਚਿੱਠੀ ਲਿਖਦੇ ਨੇ ਸੋ ਹੁਣ ਤੱਕ ਇਹ ਚਿੱਠੀਆਂ ਦਾ ਜਿਹੜਾ ਸਿਲਸਲਾ ਹੈ ਉਹ ਕਈ ਵਾਰੀ ਚੱਲ ਚੁੱਕਿਆ ਹੈ ਕਦੇ ਰੁਕ ਜਾਂਦਾ ਹੈ ਕਦੇ ਵਧ ਜਾਂਦਾ ਹੈ ਕਦੇ ਦੋਵਾਂ ਦੇ ਵਿੱਚ ਤਲਖੀ ਦੇਖਣ ਨੂੰ ਮਿਲਦੀ ਹੈ ਤੇ ਫਿਰ ਇੱਕ ਦੋ ਵਾਰੀ ਫਿਰ ਇਕੱਠੇ ਵੀ ਦਿਖਾਈ ਦਿੱਤੇ ਸੀ ਸੋ ਇਹ ਰੇੜਕਾ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹ ਦੋਵੇਂ ਜੜੀਆਂ ਵੱਡੀਆਂ ਹਸਤੀਆਂ ਨੇ ਪੰਜਾਬ ਦੀਆਂ ਉਹਨਾਂ ਦੇ ਵਿਚਾਲੇ ਚੱਲ ਹੀ ਰਿਹਾ ਹੈ ਪੰਜਾਬ ਦੇ ਜਿਹੜੇ ਗਵਰਨਰ ਬਨਵਾਰੀ لال ਪ੍ਰੋਹਿਤ ਨੇ ਉਹ ਭਾਰਤ ਸਰਕਾਰ ਦੇ ਵੱਲੋਂ ਨਿਯੁਕਤ ਕੀਤੇ ਗਏ ਨੇ ਜ਼ਾਹਿਰ ਤੌਰ ਤੇ ਬੀਜੇਪੀ ਦਾ ਪੂਰਾ ਪੱਖ ਰੱਖਦੇ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਬਣੇ ਨੇ ਸੋ ਦੋਵਾਂ ਦੇ ਵਿੱਚ ਪਾਰਟੀ ਦੀਆਂ ਵਿਚਾਰਧਾਰਾ ਨੂੰ ਲੈ ਕੇ ਵੀ ਪਾਰਟੀ ਦੀਆਂ ਵਿਚਾਰਧਾਰਾ ਦੇ ਕਰਕੇ ਵੀ ਟਕਰਾਅ ਚੱਲਦਾ ਰਹਿੰਦਾ ਹੈ ਪਰ ਇਹ ਟਕਰਾਅ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਬਿਲਕੁਲ ਵੀ ਨਹੀਂ ਹੈ ਸੋ ਜੇ ਇਹ ਸੈਸ਼ਨ ਗੈਰ ਕਾਨੂੰਨੀ ਹੈ ਪੰਜਾਬ ਦੇ ਰਾਜਪਾਲ ਦੇ ਦੱਸਣ ਦੇ ਮੁਤਾਬਿਕ ਤਾਂ ਉਸ ਤੋਂ ਬਾਅਦ ਪੰਜਾਬ ਦੇ ਗਵਰਨਰ ਕੀ ਐਕਸ਼ਨ ਲੈ ਸਕਦੇ ਨੇ ਸੰਵਿਧਾਨਿਕ ਤੌਰ ਤੇ ਪੰਜਾਬ ਸਰਕਾਰ ਦੇ ਖਿਲਾਫ ਕੀ ਕੋਈ ਕਾਰਵਾਈ ਹੋ ਸਕਦੀ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਪੂਰੀ ਜਿਹੜੀ ਕੈਬਨਿਟ ਹੈ ਉਹ ਇਸ ਸੈਸ਼ਨ ਨੂੰ ਰਾਜਪਾਲ ਦੇ ਮੁਤਾਬਿਕ ਗੈਰ ਕਾਨੂੰਨੀ ਮੰਨਣ ਦੇ ਲਈ ਤਿਆਰ ਹੋਵੇਗੀ ਜਿਹੜੇ ਚਾਰ ਬਿਲ ਪਾਸ ਕੀਤੇ ਗਏ ਸੀ ਤਾਂ ਕੀ ਉਹਨਾਂ ਦਾ ਕੋਈ ਆਧਾਰ ਨਹੀਂ ਰਹੇਗਾ ਕਿਉਂਕਿ ਬਿਲ ਜਿਹੜੇ ਪਾਸ ਕੀਤੇ ਨੇ ਵਿਧਾਨ ਸਭਾ ਦੇ ਵਿੱਚ ਜੇ ਉਹਨਾਂ ਨੂੰ ਰਾਜਪਾਲ ਨੇ ਮਨਜ਼ੂਰ ਕਰ ਦੇ ਤਾਂ ਉਹਨਾਂ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਰਾਜਪਾਲ ਦੀ ਮਨਜ਼ੂਰੀ ਤੋਂ ਬਿਨਾਂ ਤੁਸੀਂ ਇਸ ਬਿਲ ਨੂੰ ਕਾਨੂੰਨ ਬਣਾ ਕੇ ਲੋਕਾਂ ਦੇ ਵਿੱਚ ਲਾਗੂ ਨਹੀਂ ਕਰ ਸਕਦੇ ਸੋ ਇਹ ਸਿਆਸਤ ਹੈ ਪੰਜਾਬ ਦੀ ਸਿਆਸਤ ਦਾ ਇੱਕ ਰੰਗ ਹੈ ਲੜਾਈ ਪੜਾਈ ਚੱਲਦੀ ਰਹਿੰਦੀ ਹੈ ਲੋਕ ਵਿਚਾਰੇ ਦੇਖਦੇ ਰਹਿੰਦੇ ਨੇ ਸੋਚਦੇ ਨੇ ਕਿ ਅਸੀਂ ਚੁਣ ਕੇ ਭੇਜਿਆ ਜਿਹੜੇ ਸਾਡੇ ਨੁਮਾਇੰਦੇ ਨੇ ਉਹਨਾਂ ਨੂੰ ਤੇ ਸਾਡੇ ਲਈ ਇਹ ਕਿੰਨਾ ਕੰਮ ਕਰਦੇ ਨੇ ਇਹ ਲੋਕ ਜ਼ਰੂਰ ਦੇਖਦੇ ਰਹਿੰਦੇ ਨੇ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਕੱਲ ਨੂੰ ਫੇਰ ਮਿਲਾਂਗੇ ਇੱਕ ਨਵੀਂ ਸਟੋਰੀ ਦੇ ਨਾਲ ਧੰਨਵਾਦ